ਬਿਸਮਿਲ੍ਲਾ ਰਹਿਮਾਨ ਰਹੀਮ। ਅੱਲਾਹ ਪਾਕ ਤੇਰਾ ਸ਼ੁਕਰ ਆ, ਅੱਜ ਅਸੀਂ ਬਾਹਰ ਨਿਕਲੇ ਹਾਂ ਅਤੇ ਸਾਨੂੰ ਇਹ ਰੱਬ ਨੇ ਇੱਕ ਹੋਰ ਖੁਸ਼ਖਬਰੀ ਦਿੱਤੀ ਆ ਸੀ ਕਿ ਉਹ ਬੰਦਾ ਜਿਹੜਾ ਬਾਜ਼ੂ ਕੱਟਿਆ ਹੋਇਆ ਸੀਗਾ ਔਰ ਮਜ਼ਦੂਰ ਸੀਗਾ ਔਰ ਖੇਤਾਂ ਵਿੱਚ ਉਹ ਬੈਠਾ ਸੀਗਾ ਅਤੇ ਉਹਦੇ ਵਾਸਤੇ ਅਸੀਂ ਅੱਜ ਉਹਦਾ ਸੰਗੇ ਬੁਨਿਆਦ ਰੱਖਣਾ ਹੈ। ਆਓ ਬਿਸਮਿਲ੍ਲਾ ਕਰੀਏ। ਇੱਥੇ ਪਹਿਲੇ ਤੁਸੀਂ ਦੇਖਿਆ ਸੀ ਗਾਂਧੀ ਗੰਦ ਸੀ ਬਿਲਕੁਲ, ਇਹ ਇੱਟਾਂ ਉਹ ਪੱਠੇ ਵਾਲਿਆਂ ਸਾਨੂੰ ਅੱਛੀ ਇੱਟ ਦਿੱਤੀ ਹੈ। ਹਾਂਜੀ ਇੱਟ ਪਿਆਰੀ। ਹਾਂਜੀ ਇਹ ਉਹਦਾ ਵਾਸ਼ਰੂਮ ਸੀ ਜਿਹੜਾ ਵੀ ਗਰਾਤਾ ਜਾਏਗਾ, ਇਹ ਆਪਦੀ ਨੀਹਾਂ ਜਿਹੜੀਆਂ ਕੱਢੀਆਂ ਨੇ, ਇੱਥੇ ਸਭ ਕੁਛ ਵਾਸ਼ ਕਰਦਾ ਗਿਆ। ਇਹਨੂੰ ਕੱਲ੍ਹ ਕਹਿ ਗਿਆ ਸੀ ਕਿ ਹਰ ਚੀਜ਼ ਵਾਸ਼ ਕਰ ਦਿਓ ਤਾਂ ਕਿ ਕੰਮ ਹੋ ਸਕੇ। ਇੱਥੋਂ ਹਰ ਚੀਜ਼ ਰਿਮੂਵ ਕਰਕੇ ਇਹਨਾਂ ਦਾ ਜਿਹੜਾ ਮਾਲੇ ਮਤਾ ਵਿਚਾਰਿਆਂ ਦਾ ਹੱਕਦਾਰਾਂ ਦਾ ਇਹਦਾ ਕੁੱਲ ਅਸਾਸਾ ਜਿਹੜਾ ਐਪ ਆ ਜਿਹੜਾ ਇੱਧਰ ਬੇਬਸੀ ਦਾ ਵਿਚਾਰ ਰੱਖ ਕੇ ਬੈਠੇ ਨੇ। ਇਨਸ਼ਾ ਅੱਲਾਹ ਕੋਈ ਗੱਲ ਨਹੀਂ, ਥੋੜ੍ਹੇ ਇੱਕ ਹਫ਼ਤੇ ਦੀ ਮੁਸ਼ਕਿਲ ਆ, ਉਸ ਤੋਂ ਬਾਅਦ ਆਪਣੇ ਨਵੇਂ ਮਕਾਨ 'ਚ ਮੁੰਤਕਿਲ ਹੋਣਗੇ ਇਨਸ਼ਾ ਅੱਲਾਹ। ਆਓ ਤਾਂ ਚੱਲਦੇ ਹਾਂ। ਅਸਲਾਮ ਅਲੈਕਮ। ਅੱਲਾ ਰੱਖਾ ਤੇਰਾ ਨਵੇਂ ਮਕਾਨ ਦੀ ਸੰਗੇ ਬੁਨਿਆਦ ਰੱਖਿਆ ਜਾ ਰਿਹਾ, ਕੀ ਮਹਿਸੂਸ ਕਰਦੇ ਪਏ ਹੋ? ਖੁਸ਼ੀ ਮਹਿਸੂਸ ਕਰਦੇ ਪਏ ਹਾਂ। ਅੱਛਾ, ਕਿੰਨੀ ਕੁ ਖੁਸ਼ੀ ਮਹਿਸੂਸ ਕਰਦੇ ਹੋ? ਬਹੁਤ ਖੁਸ਼ੀ ਜੀ, ਬਹੁਤ ਖੁਸ਼ੀ। ਰੱਬ ਆਪਣਾ ਘਰ ਦੇਣ ਲੱਗਾ। ਹਾਂਜੀ ਰੱਬ ਆਪਣਾ ਘਰ ਦੇਣ ਲੱਗਾ ਵਾ। ਕਦੀ ਸੋਚਿਆ ਸੀਗਾ? ਨਹੀਂ ਜੀ, ਸੋਚ ਤੇ ਤੁਸੀਂ ਕਰਾਈ ਹੈ। ਨਹੀਂ ਅੱਲਾ ਪਾਕ ਨੇ, ਅੱਲਾ ਪਾਕ ਨੇ ਕਰਾਈ, ਅੱਲਾ ਪਾਕ ਕਰਦਾ ਵਾ। ਅੱਲਾ ਪਾਕ ਰਹਿਣਾ ਨਸੀਬ ਕਰੇ ਤੁਹਾਨੂੰ। ਹਾਂਜੀ ਹਾਂਜੀ। ਤਾਰਾ ਜੀ ਬੈਠੋ ਤੁਸੀਂ, ਤੁਸੀਂ ਅਸ਼ਾਰੇ ਹੋ ਜੇ। ਇਹ ਮਸਾਲਾ ਪਾਇਆ? ਹਾਂਜੀ। ਲਓ ਤਾਰਾ ਜੀ ਆਪਣਾ ਇੱਟ ਰੱਖੀ ਬਿਸਮਿਲ੍ਲਾ ਕਰਕੇ। ਜੀ ਬਿਸਮਿਲ੍ਲਾ ਰਹਿਮਾਨ ਰਹੀਮ। ਅੱਲਾ ਪਾਕ ਤੇਰਾ ਸ਼ੁਕਰ ਹੈ, ਅੱਲਾ ਪਾਕ ਇਸ ਖਾਨਦਾਨ ਦੇ ਨਸੀਬਾਂ 'ਚ ਕਰ, ਅੱਲਾ ਸੋਨਾ ਇਹਨਾਂ ਨੂੰ ਰਹਿਣਾ ਨਸੀਬ ਕਰੇ ਅੱਲਾ ਪਾਕ। ਅੱਲਾ ਪਾਕ ਜਿੰਨੇ ਵੀ ਲੋਕ ਬੇਘਰ ਨੇ ਅੱਲਾ ਪਾਕ ਉਹਨੂੰ ਘਰ ਦੇ। ਲੱਖਾਂ ਏਕੜ ਜ਼ਮੀਨ ਹਰ ਤਹਿਸੀਲ ਜ਼ਿਲ੍ਹੇ 'ਚ ਪਈ ਆ ਜੀ, ਲੋਕਾਂ ਕੋਲ ਤਿੰਨ ਮਰਲੇ ਜਗ੍ਹਾ ਹੈ ਨਹੀਂ। ਅੱਲਾ ਪਾਕ ਨੇ ਇਹਨਾਂ ਵਾਸਤੇ ਘਰ ਦਾ ਬੁਨਿਆਦ ਰੱਖੀ ਜਾ ਰਹੀ ਆ, ਇਹ ਸਭ ਕੁਛ ਮੇਰੇ ਰੱਬ ਦਾ ਕਮਾਲ ਆ। ਅਤੇ ਇੱਧਰ ਰੁਖ, ਲੰਬੇ ਰੁਖ। ਹਾਂਜੀ ਹਾਂਜੀ ਠੀਕ ਹੈ। ਲਿਆਓ ਜੀ ਮਸਾਲਾ, ਲਿਆਓ ਹੋਰ ਲਿਆਓ ਜੀ ਮਸਾਲਾ, ਆਪਣੇ ਹੱਥ ਨਾਲ ਉੱਥੇ ਪਾਓ। ਹਾਂਜੀ ਰੱਬ ਨੇ ਤੁਹਾਡੇ ਉੱਥੇ ਲੋਕਾਂ ਦੇ ਮਕਾਨ ਬਣਾਉਣਾ ਕਿ ਤੁਹਾਨੂੰ ਮਿਸਤਰੀ ਬਣਾਉਣਾ? ਹਾਂ ਹਾਂ ਜ਼ਬਰਦਸਤ। ਚਲੋ ਜੀ ਇੱਥੇ ਰੱਖੋ ਹੋਰ ਬਿਸਮਿਲ੍ਲਾ ਕਰਕੇ। ਅਸੀਂ ਪੱਠੇ ਵਾਲੇ ਦਾ ਵੀ ਸ਼ੁਕਰਗੁਜ਼ਾਰ ਹਾਂ ਕਿ ਤੁਹਾਨੂੰ ਇੱਟ ਅੱਛੀ ਭੇਜੀ ਹੈ। ਇਸ ਤਰ੍ਹਾਂ ਭਾਈ ਰੱਖਣਾ। ਹਾਂਜੀ ਠੀਕ ਹੈ ਠੀਕ ਹੈ। ਲਓ ਜੀ ਦੁਆ ਕਰੀਏ ਹੁਣ। ਠੀਕ ਹੈ ਚਲੋ ਜੀ। ਬਿਸਮਿਲ੍ਲਾ ਰਹਿਮਾਨ ਰਹੀਮ। ਅੱਲਾਹੁਮਾ ਸੱਲ ਅਲਾ ਸੈਯਿਦਨਾ ਮੌਲਾਨਾ ਮੁਹੰਮਦਿਨ ਵਾਲਾ ਸੈਯਿਦਨਾ ਮੌਲਾਨਾ ਮੁਹੰਮਦਿਨ ਕਮਾ ਸੱਲੈ ਤਾਲਾ ਇਬਰਾਹੀਮ ਵਲਾ ਅਲ ਇਬਰਾਹੀਮ ਇਨਕਾ ਹਮੀਦੁ ਮਜੀਦ। ਅੱਲਾਹੁਮਾ ਬਾਰਕ ਅਲਾ ਮੁਹੰਮਦਿਨ ਵਾਲਾ ਅਲ ਮੁਹੰਮਦਿਨ ਕਮਾ ਬਾਰਕ ਤਾਲਾ ਅਲਾ ਇਬਰਾਹੀਮ ਵਲਾ ਅਲ ਇਬਰਾਹੀਮ ਇਨਕਾ ਹਮੀਦੁ ਮਜੀਦ। ਅੱਲਾਹ ਪਾਕ ਤੇਰਾ ਸ਼ੁਕਰ ਗੁਜ਼ਾਰ ਹਾਂ, ਅੱਲਾਹ ਪਾਕ ਤੇਰੇ ਸ਼ੁਕਰ ਗੁਜ਼ਾਰ ਹਾਂ, ਅੱਲਾਹ ਪਾਕ ਤੇਰੇ ਸ਼ੁਕਰ ਗੁਜ਼ਾਰ ਹਾਂ ਕਿ ਇਹਨਾਂ ਗਰੀਬਾਂ ਨੂੰ, ਹੱਕਦਾਰਾਂ ਨੂੰ ਜਿਹੜਾ ਮਜ਼ਦੂਰ ਸੀਗਾ, ਜਿਹੜੇ ਬੇਘਰ ਬੈਠੇ ਸਨ, ਇਹ ਉਹਨਾਂ ਸਮਾਨ ਜਿਹੜਾ ਸਦੇਆਮ ਪਿਆ ਸੀਗਾ ਬਾਰਿਸ਼ ਦੇ ਵਿੱਚ, ਅੱਜ ਰੱਬ ਨੇ ਉਹਦੇ ਘਰ ਦੀ ਬੁਨਿਆਦ ਰੱਖ ਦਿੱਤੀ ਆ। ਇਹ ਸਭ ਮੇਰੇ ਰੱਬ ਦਾ ਕਰਮ ਆ, ਅੱਲਾਹ ਪਾਕ ਸਭ ਤੇਰਾ ਕਰਮ ਆ। ਅੱਲਾਹ ਪਾਕ ਇਸ ਘਰ ਦੇ ਵਿੱਚ ਇਹਨਾਂ ਨੂੰ ਵਸਣਾ ਨਸੀਬ ਕਰੀ, ਇਹਨਾਂ ਦੀ ਮੁਸ਼ਕਿਲਾਂ ਦੂਰ ਕਰੀ, ਔਰ ਅੱਲਾਹ ਪਾਕ ਅਸੀਂ ਸ਼ੁਕਰ ਕਰਦੇ ਹਾਂ ਜਿਹੜੀ ਤੁਸੀਂ ਡਿਊਟੀ ਲਾਈ ਆ ਕਿ ਜਗ੍ਹਾ ਜਗ੍ਹਾ ਲੋਕਾਂ ਦੇ ਘਰ ਬਣਨੇ ਸ਼ੁਰੂ ਹੋ ਗਏ ਨੇ। ਅੱਲਾਹ ਪਾਕ ਤੇਰਾ ਸ਼ੁਕਰ ਅਦਾ ਕਰਦੇ ਹਾਂ, ਔਰ ਅਸੀਂ ਬੜੇ ਖੁਸ਼ ਹਾਂ ਰੱਬਾ ਕਿ ਤੁਸੀਂ ਮੌਕਾ ਬਖਸ਼ਿਆ ਕਿ ਅਸੀਂ ਲੋਕਾਂ ਦੇ ਦੁਖੀ ਮਖਲੂਕ ਦੇ ਕੰਮ ਆ ਸਕੀਏ। ਅਤੇ ਇਹ ਹੱਕਦਾਰਾਂ ਦਾ ਹੱਕ ਵਾ ਜਿਹੜਾ ਅਸੀਂ ਰੱਬ ਮੁਖਤਲਿਫ ਸੱਤ ਸਮੁੰਦਰ ਪਾਰ ਲੋਕਾਂ ਦੇ ਵਸੀਲੇ ਨਾਲ ਭੇਜਦਾ ਪਿਆ ਵਾ। ਅੱਲਾਹ ਪਾਕ ਦਾ ਸ਼ੁਕਰ ਅਦਾ ਕਰਦੇ ਹਾਂ ਕਿ ਜਿਨ੍ਹਾਂ ਦੇ ਵਸੀਲੇ ਇਹ ਘਰ ਬਣ ਰਿਹਾ, ਅੱਲਾਹ ਪਾਕ ਉਹਨਾਂ ਦੇ ਘਰਾਂ ਦੇ ਵਿੱਚ ਖੈਰੋ ਬਰਕਤ ਦੇਈਂ, ਉਹਨਾਂ ਨੂੰ ਜ਼ਿੰਦਗੀ ਤੰਦਰੁਸਤੀ ਦੇਈਂ, ਉਹਨਾਂ ਨੂੰ ਆਪਣੇ ਹਿਫਜ਼ੋ ਅਮਾਨ 'ਚ ਰੱਖੀਂ, ਅੱਲਾਹ ਪਾਕ ਉਹਨਾਂ ਦੀਆਂ ਜਿਹੜੀਆਂ ਵੀ ਪਰੇਸ਼ਾਨੀਆਂ ਉਹ ਦੂਰ ਕਰੀਂ, ਅੱਲਾਹ ਸੋਹਣਿਆ ਉਹਨਾਂ ਦੇ ਖੈਰੋ ਬਰਕਤ ਰੱਖੀਂ। ਅੱਲਾਹ ਪਾਕ ਉਹ ਸਾਨੂੰ ਕਹਿੰਦੇ ਨੇ ਕਿ ਸਾਡੇ ਵਾਸਤੇ ਦੁਆ ਕਰੋ, ਅੱਲਾਹ ਪਾਕ ਉਹਨਾਂ ਦੀ ਜੋ ਵੀ ਮੁਸ਼ਕਿਲਾਂ ਅੱਲਾਹ ਪਾਕ ਸੋਹਣਿਆ ਤੋਂ ਦੂਰ ਕਰੀਂ, ਅੱਲਾਹ ਪਾਕ ਆਪਣੀ ਰਹਿਮਤ ਕਰੀਂ, ਆਪਣਾ ਕਰਮ ਕਰੀਂ। ਆਮੀਨ।